ਨਮਸਕਾਰ ਜੀ, ਮੈਂ ਕਾਰਨਾਲ UPI ਸੰਦੇਸ਼ ਟੈਸਟ ਰਿਪੋਰਟ ਗੱਲ ਕਰ ਰਿਹਾ। ਅੱਜ ਅਸੀਂ ਪਿੰਡ ਆਏ ਹਾਂ ਧਾਲੀਵਾਲ ਬੇਟ, ਸਰਦਾਰ ਯੁੱਧਵੀਰ ਸਿੰਘ ਜੀ ਰਾਣਾ ਜੀ, ਸਰਪੰਚ ਸਾਹਿਬ ਜੀ, ਜੋ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਲਗਭਗ 25 ਸਾਲ ਤੋਂ ਸਰਪੰਚੀ ਕਰਦੇ ਆਏ ਆ, ਅਤੇ ਇਹਨਾਂ ਨੂੰ ਮਿਲਣ ਵਾਸਤੇ ਅਸੀਂ ਪਿੰਡ ਆਏ ਹਾਂ। ਸਤਿ ਸ਼੍ਰੀ ਅਕਾਲ ਜੀ ਸਰਪੰਚ। ਵੈਲਕਮ ਜੀ, ਕੀ ਹਾਲ? ਬਹੁਤ ਬਹੁਤ ਧੰਨਵਾਦ। ਸਰਪੰਚ ਸਾਹਿਬ, ਪੁੱਛਣਾ ਚਾਹੁੰਦੇ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸਰਪੰਚੀ ਕਰਦੇ ਆ ਰਹੇ ਹੋ, ਅਤੇ ਅੱਜ ਤੱਕ ਜਿਹੜੇ ਕੋਈ ਤੁਸੀਂ ਕੰਮ ਕਰਵਾਏ ਉਹਨਾਂ ਬਾਰੇ ਕੋਈ ਜਾਣਕਾਰੀ ਦਿਓ ਸਾਨੂੰ। ਕੰਮ ਸਾਡੇ ਪਿੰਡ ਦਾ ਲਗਭਗ ਤਕਰੀਬਨ ਕਾਫੀ ਹੋਇਆ ਹੋਇਆ, ਗਲੀਆਂ ਦਾ ਕੰਮ, ਸੀਵਰੇਜ ਦਾ ਕੰਮ ਬਹੁਤ NRI ਪੈਸਿਆਂ ਦਾ ਹੋਇਆ, ਸਰਕਾਰ ਪੱਖ ਤੋਂ ਗ੍ਰਾਂਟ ਥੋੜ੍ਹੀ ਘੱਟ ਗਈ, ਬਾਕੀ ਸਾਡੇ ਸਾਰਾ ਹੀ ਟ੍ਰੀਟਮੈਂਟ ਸਿਸਟਮ ਜਿੰਨਾ ਸਾਰਾ ਠੀਕ ਆ, ਸਕੂਲ ਬਿਲਕੁਲ ਠੀਕ ਨੇ, ਸ਼ਮਸ਼ਾਨ ਘਾਟ ਠੀਕ ਆ, ਕੋਈ ਬਹੁਤੀ ਮੇਜਰ ਪ੍ਰੋਬਲਮ ਨਹੀਂ ਹੁੰਦੀ। ਛੱਪੜ ਵਗੈਰਾ ਦਾ ਕੰਮ ਰਹਿੰਦਾ, ਉਹ ਚੱਲਦਾ, ਸਟਾਫ ਹੋਇਆ ਸੀ, ਸਰਕਾਰਾਂ ਬਦਲਦੀਆਂ ਰਹਿੰਦੀਆਂ, ਕੰਮਾਂ ਕਾਰਾਂ 'ਚ ਰੁਕੇ ਪਾਉਂਦੀਆਂ, ਉਹ ਬਹੁਤ ਕੰਮ ਨਹੀਂ ਚੱਲਦਾ। ਠੀਕ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਮੌਜੂਦਾ ਹਾਲਾਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਬਦਲੀ ਆ, ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰਾਂ ਪ੍ਰਤੀ ਕੁਛ ਆਪਣੇ ਵਿਚਾਰ? ਸਰਕਾਰਾਂ ਦੀ ਇਹ ਬਹੁਤ ਇੱਕ ਨਿਕੰਮੀ ਰਵਾਇਤ ਵਾ ਵੀ ਜਿਹੜੀਆਂ ਵਿਰੋਧੀ ਪੰਚਾਇਤਾਂ ਉਹਨਾਂ ਨੂੰ ਪੁੱਠੇ ਲਾ ਕੇ ਰੱਖਣਾ, ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਦੇਣੀ, ਗ੍ਰਾਂਟ ਨਾ ਵੀ ਦੇਣ, ਜਿਹੜੇ ਸਾਡੇ ਕੋਲ ਆਪਣੇ ਫੰਡਸ ਪਏ ਆ ਉਹ ਵੀ ਖਰਚਣ ਨਹੀਂ ਦੇਣੇ, ਉਹ ਲਈ ਬਹੁਤ ਜ਼ਿਆਦਾ ਹਰਾਸਮੈਂਟ ਹੈਗੀ ਆ, ਸੈਕਟਰੀ ਨਹੀਂ ਆਉਣ ਦੇਣਾ, ਚੈੱਕ ਨਹੀਂ ਪਾਸ ਕਰਨੇ, ਸਰਪੰਚ ਕੋਲ ਸਿਰਫ 25,000 ਰੁਪਏ ਦੀ ਪਾਵਰ ਆ ਚੈੱਕ ਪੈਸੇ ਕਢਾਉਣ, ਜੇ ਕੋਈ ਕੰਮ ਕਰਵਾ ਲੈਂਦੇ ਹਾਂ ਤਾਂ ਉਹਨੂੰ ਪੇਮੈਂਟਾਂ ਨਹੀਂ ਹੁੰਦੀਆਂ ਸਮੇਂ ਸਿਰ, 6-6 ਮਹੀਨੇ ਉਹ ਲੇਬਰਾਂ ਤੁਰੀਆਂ ਫਿਰਦੀਆਂ, ਅਖੀਰ ਸਰਪੰਚ ਅੱਕ ਕੇ ਛੱਡ ਜਾਂਦਾ ਵੀ ਕੰਮ ਵੀ ਕਿਉਂ ਮੈਂ ਕਰਾਵਾਂ, ਜਦੋਂ ਪੇਮੈਂਟਾਂ ਨਹੀਂ ਹੁੰਦੀਆਂ ਉਹਨਾਂ ਕੰਮ, ਇੱਦਾਂ ਦਾ ਇਹ ਸਰਕਾਰ ਦੀ ਪੋਲਿਸੀ ਬਹੁਤ ਨਿਕੰਮੀ, ਇੱਦਾਂ ਨਹੀਂ ਸਰਕਾਰਾਂ ਨੂੰ ਕਰਨਾ ਚਾਹੀਦਾ, ਸਰਕਾਰ ਚੁਣੀ ਜਾਂਦੀ ਆ ਉਹਦੀ ਸਾਰੇ ਇੱਕੋ ਜਿਹੇ, ਸਰਪੰਚ ਦਾ ਵੀ ਇਹ ਫਰਜ਼ ਬਣਦਾ ਉਹਦੀ ਆਪਣੇ ਪਿੰਡ ਵਾਸਤੇ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ, ਅਤੇ ਸਰਕਾਰ ਖਾਸ ਕਰਕੇ ਇਹਨਾਂ ਨੇ ਬਹੁਤ ਇਸ ਗੱਲ ਦੀ ਹੈ ਕੀਤੀ, ਸਾਫ ਖਾਸ ਕਰਕੇ ਸਾਡੇ ਹਲਕੇ ਦੀ ਇਹ ਪ੍ਰੋਬਲਮ ਹੋਈ ਹੈ। ਆਪਣੀ ਸਰਕਾਰ, ਤੁਹਾਡੀ ਕਾਂਗਰਸ ਦੀ ਸਰਕਾਰ ਦੇ ਸਮੇਂ ਦੇ ਵਿੱਚ ਜੋ ਜੋ ਵੀ ਤੁਸੀਂ ਕੰਮ ਕਰਵਾਏ ਆ ਉਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਡਿਟੇਲ ਵਾਈਜ਼ ਦੱਸੋ। ਸਾਡੇ ਕੋਲ ਕਾਂਗਰਸ ਸਰਕਾਰ ਦੇ ਟਾਈਮ ਥੋੜ੍ਹਾ ਹੀ ਪੈਸੇ 'ਚ ਆਏ ਆ, ਉਹ ਕੁਛ ਸਾਡੇ ਅਕਾਊਂਟ 'ਚ ਹਜੇ ਮੇਰਾ 26-27 ਲੱਖ ਰੁਪਈਆ ਅਕਾਊਂਟ 'ਚ ਆ, ਅਤੇ ਸਾਨੂੰ ਖਰਚਣ ਹੀ ਨਹੀਂ ਦਿੱਤਾ ਇਹਨਾਂ ਨੇ, ਅਤੇ ਕੁਛ ਜਿਹੜੇ ਮੇਜਰ ਕੰਮ ਆ, ਕੂੜੇ ਦਾ ਵੇਸਟ ਪਲਾਂਟ ਲੱਗਾ ਬਣਦਾ ਸਾਡੇ ਚੱਲ ਰਿਹਾ, ਉਹ ਹਰੀਜਨ ਬਸਤੀ ਜਿਹੜਾ ਸੀਵਰੇਜ ਰਹਿੰਦਾ ਸੀਗਾ ਪਹਿਲਾਂ, ਬਾਕੀ ਸਾਰੇ ਪਿੰਡ 'ਚ ਪੈ ਗਿਆ ਸੀ ਉਹਦੇ, ਉਹ ਹੁਣ ਪਿਛਲੇ 6 ਮਹੀਨੇ ਪਹਿਲਾਂ ਉਹ ਜਿਹੜਾ ਸਾਰਾ ਕੰਪਲੀਟ ਹੋਇਆ। ਠੀਕ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਫਿਰ ਕੀ ਮਤਲਬ ਪ੍ਰੋਗਰਾਮ ਹੈਗਾ ਅੱਗੋਂ? ਸਰਕਾਰਾਂ ਦੇ ਰਵੱਈਏ ਸੰਬੰਧਿਤ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਅੱਗੋਂ ਤੁਸੀਂ ਇਲੈਕਸ਼ਨ ਲੜਨ ਦੀ ਇੱਛਾ ਰੱਖਦੇ ਹੋ? ਘੱਟ ਰੱਖਦਾ ਜੀ। ਠੀਕ ਹੈ। ਨਹੀਂ ਰੱਖਦਾ ਜੀ। ਅੱਛਾ ਜੀ। ਇਹ ਸਿਸਟਮ ਤੋਂ ਤੰਗ ਆ ਕੇ ਫੋਰਮ ਪੂਰਾ ਸਾਡਾ ਪੰਚਾਇਤ ਦਾ, ਹਾਂਜੀ, ਪੰਚਾਇਤ ਦੀ ਕੋਈ ਆਪਸੀ ਫੁੱਟ ਨਹੀਂ ਗੀ, ਪਿੰਡ ਵਾਸੀਆਂ ਦੀ ਕੋਈ ਵੀ ਬਹੁਤੀ ਤਿੱਖੀ ਤਸਲਬਾਜ਼ੀ ਨਹੀਂ ਗੀ, ਥੋੜ੍ਹੀ ਬਹੁਤੀ ਤਾਂ ਚਲੋ ਹੁੰਦੀ ਆ ਪਰ ਇੱਦਾਂ ਤਿੱਖੀ ਨਹੀਂ ਹੈਗੀ ਵੀ ਆਪਾਂ ਕੰਮ ਨਹੀਂ ਹੋਣ ਦੇਣਾ, ਆਹ ਪਾਰਟੀ ਸਾਡੀ ਆ ਉਹਦੀ ਆ, ਇੱਦਾਂ ਦਾ ਸਾਡੇ ਪਿੰਡ 'ਚ ਬਹੁਤ ਘੱਟ, ਮਤਲਬ ਤੁਸੀਂ ਸਰਕਾਰਾਂ ਪ੍ਰਤੀ ਨਾਰਾਜ਼ ਵਤੀਰਾ ਲੱਗ ਰਿਹਾ? ਬਹੁਤ ਬਹੁਤ ਨਾਰਾਜ਼। ਮੈਂ UPI TV ਦਾ ਆਪਣੇ ਪਿੰਡ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜਾ ਆਪਾਂ ਸਮਾਂ ਕੱਢ ਕੇ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਸਾਡੇ ਕੋਲ ਆ ਪਹੁੰਚੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।